ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਾਬਕਾ ਅੰਬੈਸਡਰ ਅੱਜ ਪੂਰੇ ਜ਼ੋਰ ਜੋਸ਼ੋ ਖਰੋਸ਼ ਦੇ ਨਾਲ ਆਪਣੇ ਨਾਮਜ਼ਦਗੀ ਪੱਤਰ ਭਰਨ ਦੇ ਲਈ ਕਚਹਿਰੀ ਦੇ ਵਿੱਚ ਆ ਰਹੇ ਨੇ। DC ਦਫ਼ਤਰ ਦੇ ਵਿੱਚ ਮੁੱਖ ਰਿਟਰਨਿੰਗ ਅਧਿਕਾਰੀ ਜਿਹੜੇ ਘਨਸ਼ਾਮ ਥੋਰੀ ਨੇ ਉਹਨਾਂ ਦੇ ਕੋਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਅੰਮ੍ਰਿਤਸਰ ਦੇ ਨਾਵਲਡੀ ਚੌਂਕ ਤੋਂ ਮਾਲ ਰੋਡ ਰਾਹੀਂ ਹੁੰਦਾ ਆ ਉਹਨਾਂ ਦਾ ਰੋਡ ਸ਼ੋਅ ਜਿਹੜਾ ਹੈ ਉਹ ਕਚਹਿਰੀ ਚੌਂਕ 'ਚ ਪਹੁੰਚ ਰਿਹਾ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੰਬਾ ਕਾਫਲਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਜਿਹੜੇ ਨੇ ਅੱਗੇ ਵੱਧਦੇ ਹੋਏ ਅਤੇ ਨਾਲ ਹੀ ਉਹਨਾਂ ਦੇ ਜਿਹੜੇ ਵਿਦੇਸ਼ ਮੰਤਰੀ ਨੇ ਐੱਸ ਜੈਸ਼ੰਕਰ ਉਹ ਪਹੁੰਚੇ ਹੋਏ ਨੇ, ਨਾਲ ਹੀ ਅੰਮ੍ਰਿਤਸਰ ਦੀ ਸਮੁੱਚੀ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਡਾਕਟਰ ਰਾਮ ਚਾਵਲਾ, ਅਮਰਪਾਲ ਸਿੰਘ ਬੋਨੀ ਜਨਾਲਾ, ਸੁਖਵਿੰਦਰ ਸਿੰਘ ਪਿੰਟੂ ਅਤੇ ਤਮਾਮ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੈ ਉਹ ਪਹੁੰਚੀ ਹੈ ਜਗ੍ਹਾ ਜਗ੍ਹਾ ਦੇ ਉੱਤੇ। ਮਾਲ ਰੋਡ ਦੇ ਉੱਤੇ ਜਿਹੜਾ ਜੇ ਗੱਲ ਕੀਤੀ ਜਾਵੇ ਸਵਾਗਤ ਜਿਹੜਾ ਹੈ ਉਹ ਕੀਤਾ ਗਿਆ ਹੈ, ਤਾਂ ਇਹ ਸਿੱਧੀਆਂ ਤਸਵੀਰਾਂ ਸੁਰੱਖਿਆ ਦੇ ਵੀ ਖਾਸ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਵਿਦੇਸ਼ ਮੰਤਰੀ ਜਿਹੜੇ ਨੇ ਐੱਸ ਜੈਸ਼ੰਕਰ ਉਹ ਅੱਜ ਇੱਥੇ ਇਸ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਉਹਨਾਂ ਨਾਲ ਪਹੁੰਚੇ ਨੇ, ਸਹਿਯੋਗੀ ਰਹੇ ਨੇ ਕਿਉਂਕਿ ਵਿਦੇਸ਼ ਸੇਵਾਵਾਂ ਦੇ ਵਿੱਚ ਇਕੱਠੇ ਉਹਨਾਂ ਨੇ ਸੇਵਾਵਾਂ ਦਿੱਤੀਆਂ ਨੇ। ਤਰਨਜੀਤ ਸਿੰਘ ਸੰਧੂ 4 ਸਾਲ ਭਾਰਤ ਦੇ ਅੰਬੈਸਡਰ ਵਜੋਂ ਅਮੈਰੀਕਾ ਦੇ ਵਿੱਚ ਸੇਵਾਵਾਂ ਦੇ ਚੁੱਕੇ ਨੇ ਅਤੇ ਜੈਸ਼ੰਕਰ ਜਿਹੜੇ ਸੀ ਉਹ ਵਿਦੇਸ਼ ਮੰਤਰੀ ਵਜੋਂ ਭਾਰਤ ਸਰਕਾਰ ਦੇ ਵਿੱਚ ਸੇਵਾਵਾਂ ਦੇ ਰਹੇ ਨੇ, ਤਾਂ ਜੇ ਇਹਦੇ ਵਿੱਚ ਉਹਨਾਂ ਦੇ ਸਹਿਯੋਗੀ ਹੋਣ ਦੇ ਨਾਤੇ ਅੱਜ ਉਹ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਇੱਥੇ ਪਹੁੰਚ ਰਹੇ ਨੇ। ਤਸਵੀਰਾਂ ਦੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਕੁਨ ਨੇ ਉਹਨਾਂ ਦੇ ਤਿਰੰਗੇ ਜਿਹੜੇ ਹੱਥਾਂ ਦੇ ਵਿੱਚ ਝੰਡੇ ਜਿਹੜੇ ਨੇ ਉਹ ਲਹਿਰਾਏ ਜਾ ਰਹੇ ਨੇ। ਤਾਂ ਇਸ ਜਗ੍ਹਾ 'ਤੇ ਇਹ ਕਾਫਲਾ ਜਿਹੜਾ ਹੈ ਸਿੱਧਾ ਤੁਸੀਂ ਦੇਖ ਸਕਦੇ ਹੋ ਭਾਜਪਾ ਦੇ ਕਾਰਕੁਨ ਜਿਹੜੇ ਨੇ ਉਹ ਲਗਾਤਾਰ ਅੱਗੇ ਵੱਧ ਰਹੇ ਨੇ ਔਰ ਲਾਰੈਂਸ ਰੋਡ ਤੋਂ ਇਹ ਕਾਫਲਾ ਚੱਲਦਾ ਹੋਇਆ ਸਿੱਧਾ ਹੀ ਸਾਹਮਣੇ ਤਸਵੀਰਾਂ ਦੇ ਵਿੱਚ ਇਸ ਪਾਸੋਂ ਅਸੀਂ ਦਿਖਾ ਸਕਦੇ ਹਾਂ ਕਿ ਸਾਹਮਣੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਹੱਥ ਜੋੜ ਕੇ ਤਰਨਜੀਤ ਸਿੰਘ ਸੰਧੂ ਦੇ ਨਾਲ ਆਪਣਾ ਅਭਿਵਾਦਨ ਸਵੀਕਾਰ ਕਰ ਰਹੇ ਨੇ। ਤਾਂ ਇਹ ਜਿਹੜਾ ਨਜ਼ਾਰਾ ਅੰਮ੍ਰਿਤਸਰ ਦਾ ਹੈ, ਤਾਂ ਅੱਜ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਭਾਜਪਾ ਦੇ ਕਾਰਕੁਨ ਜਿਹੜੇ ਨੇ ਜਿਹੜੇ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਨੇ। ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਭਾਜਪਾ ਦੀ ਸਿੱਧੀ ਟੱਕਰ ਜਿਹੜੀ ਹੈ ਜਿਹੜੀ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ 2 ਵਾਰ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਨਾਲ, ਤਾਂ ਭਾਜਪਾ ਦੇ ਕਾਰਕੁਨ ਜਿਹੜੇ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਨਾਲ ਇੱਥੋਂ ਦੇਖ ਸਕਦੇ ਹੋ ਜਿਹੜਾ ਕਚਹਿਰੀ ਚੌਂਕ ਦੇ ਵਿੱਚ ਪਹੁੰਚਦਾ ਹੈ ਜਿੱਥੇ ਲਗਾਤਾਰ ਜਿਹੜੇ ਕਾਰਕੁਨ ਪਹੁੰਚੇ ਤਾਂ ਮੇਰੇ ਸਹਿਯੋਗੀ ਜੋਤੀਪਾਲ ਮੇਰੇ ਨਾਲ ਨੇ। ਤਾਂ ਜੋਤੀ ਜੀ ਕਿਵੇਂ ਦਾ ਇਕੱਠ ਜਿਹੜਾ ਅੱਜ ਦੇਖਣ ਨੂੰ ਮਿਲਿਆ ਜੀ? ਦੇਖੋ ਆ ਇਕੱਠ ਵੇਖਣ ਨੂੰ ਆਪਣੇ ਆਪ 'ਚ ਬਹੁਤ ਵੱਡਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਸ ਰੋਡ ਸ਼ੋਅ ਦੇ ਵਿੱਚ ਉਹ ਲੋਕ ਵੀ ਪਹੁੰਚੇ ਨੇ, ਅਟਾਰੀ ਹਲਕੇ ਤੋਂ ਮਜੀਠਾ ਹਲਕੇ ਤੋਂ ਵੀ ਲੋਕ ਪਹੁੰਚੇ ਨੇ। ਇਹ ਸਾਫ ਲੱਗਦਾ ਹੈ ਕਿ ਜਿਹੜਾ ਵਿਰੋਧ ਕਿਸਾਨ ਕਰ ਰਹੇ ਸੀ, ਜਦੋਂ ਲੱਗ ਰਿਹਾ ਸੀਗਾ ਕਿ ਅਸੀਂ ਸ਼ਾਇਦ BJP ਇਸ ਕਦਰ ਆਪਣਾ ਆਪਣੇ ਆਪ ਨੂੰ ਪ੍ਰਸਾਰ ਨਾ ਕਰ ਪਾਵੇ, ਪੇਂਡੂ ਹਲਕੇ ਨੂੰ ਨਿਗਲੈਕਟ ਕਰਨ, ਪਰ ਅੱਜ ਦਾ ਰੋਡ ਸ਼ੋਅ ਚਾਹੇ ਉਹ ਨਾਮਜ਼ਦਗੀ ਦਾ ਸੀਗਾ, ਬਹੁਤ ਭਰਮਾ ਇਕੱਠ ਵੇਖਣ 'ਚ ਮਿਲਿਆ ਹੈ। ਖਾਸ ਕਰਕੇ ਉਹ ਲੋਕ ਜਿਹੜੇ ਨੇ ਪਿੰਡਾਂ 'ਚ ਜ਼ਰੂਰ ਆਏ ਨੇ, ਔਰ ਵੱਡੀਆਂ ਵੱਡੀਆਂ ਬੱਸਾਂ 'ਚ ਆਏ ਨੇ, ਬੱਸਾਂ ਆ ਜਾਏ ਬਾਹਰ ਬਾਈਪਾਸ 'ਤੇ ਖੜੀਆਂ ਕਰਕੇ ਪੈਦਲ ਆਏ ਨੇ। ਜੋਤੀ ਜੀ, ਜਿਹੜਾ ਕਿਹਾ ਜਾ ਰਿਹਾ ਸੀਗਾ ਕਿ ਅਕਾਲੀ ਦਲ ਦੇ ਨਾਲ ਸਹਿਯੋਗ ਨਹੀਂ ਆ, ਅਤੇ ਉਹ ਪਿੰਡਾਂ 'ਚੋਂ ਘੱਟ ਸਮਰਥਨ ਰਹੇਗਾ, ਅਜਿਹੀ ਕੋਈ ਗੱਲ ਨਹੀਂ ਹੈ।
ਬਿਲਕੁਲ ਉਹੀ ਗੱਲ ਤੁਹਾਡੇ ਨਾਲ ਕੀਤੀ ਹੈ ਕਿ ਪਿੰਡਾਂ ਦੇ ਲੋਕਾਂ ਨੇ ਆ ਕੇ ਜਿਹੜਾ ਸਮਰਥਨ ਦਿੱਤਾ ਹੈ, ਜਿਸ ਤਰ੍ਹਾਂ ਅਜਨਾਲੇ ਹਲਕੇ ਤੋਂ ਲੋਕ ਪਹੁੰਚੇ ਨੇ, ਅਟਾਰੀ ਤੋਂ ਪਹੁੰਚੇ ਨੇ, ਰਾਜਾ ਸਾਂਸੀ ਤੋਂ ਪਹੁੰਚੇ ਨੇ, ਫਤਿਹਗੜ੍ਹ ਤੋਂ ਪਹੁੰਚੇ ਨੇ, ਮਜੀਠਾ ਤੋਂ ਪਹੁੰਚੇ ਨੇ, ਸੋ ਇਹ ਦੱਸਦਾ ਹੈ ਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀਗਾ ਕਿ ਬੀਜੇਪੀ ਦਾ ਆਧਾਰ ਸਿਰਫ ਸ਼ਹਿਰੀ ਇਲਾਕਿਆਂ 'ਚ ਹੀ ਹੈ, ਉਹ ਦਰਸਾਉਂਦਾ ਹੈ ਕਿ ਵੀ ਅੱਜ ਪੇਂਡੂ ਲੋਕ ਵੀ ਇੱਥੇ ਪਹੁੰਚੇ ਨੇ, ਔਰ ਇਸ ਚੀਜ਼ ਨੇ ਸ਼ੋਅ ਕਰ ਦਿੱਤਾ ਹੈ ਕਿ ਬਹੁਤ ਵੱਡਾ ਇਹ ਭਰਵਾਂ ਇਕੱਠ ਹੈ ਉਹਨਾਂ ਦੇ, ਖਾਸ ਕਰਕੇ ਕੈਬਨਿਟ ਮੰਤਰੀ ਦਾ ਵੀ ਉਹਨਾਂ ਦੇ ਨਾਲ ਚੜ ਬੱਸ ਦੇ ਉੱਤੇ ਚੜ੍ਹੇ ਬਿਲਕੁਲ ਉਹਨਾਂ ਦਾ ਵੀ ਇੱਥੇ ਪਹੁੰਚਣਾ, ਇਹ ਆਪਣੇ ਆਪ 'ਚ ਹੀ ਦਰਸਾਉਂਦਾ ਪਿਆ ਹੈ ਕਿ ਬਹੁਤ ਭਾਰੀ ਇਕੱਠ ਹੈ। ਜੋਤੀ ਜੀ, ਜਿਹੜਾ ਤਰਨਜੀਤ ਸਿੰਘ ਸੰਧੂ ਦੀ ਜੇ ਗੱਲ ਕੀਤੀ ਜਾਵੇ ਅਪਰੋਚ ਦੀ ਕੇਂਦਰ ਸਰਕਾਰ ਦੇ ਵਿੱਚ, ਜੇ ਦੁਬਾਰਾ ਸਰਕਾਰ ਬਣਦੀ ਹੈ ਹਾਲੇ ਕਿ ਰਿਜ਼ਲਟ ਅਜੇ ਹੋਣੇ ਨੇ, ਤਰਨਜੀਤ ਸਿੰਘ ਸੰਧੂ ਦੀ ਅਪਰੋਚ ਜਿਵੇਂ ਹਰਦੀਪ ਪੁਰੀ ਦੀ ਅਪਰੋਚ ਦੇ ਬਾਰੇ ਬੜਾ ਕਿਹਾ ਜਾਂਦਾ ਸੀ ਕਿ ਬਹੁਤ ਉਹਨਾਂ ਦੀ ਕੇਂਦਰ ਦੇ ਵਿੱਚ ਸਿੱਧੀ ਅਪਰੋਚ ਰਹਿਣੀ ਅੰਮ੍ਰਿਤਸਰ ਵਾਸੀਆਂ ਨੂੰ ਵਾਧਾ ਰਹੇਗਾ, ਤਰਨਜੀਤ ਸਿੰਘ ਸੰਧੂ ਤੋਂ ਵੀ ਇੱਦਾਂ ਦੀ ਉਮੀਦ ਕੀਤੀ ਜਾ ਸਕਦੀ ਹੈ? ਦੇਖੋ, ਅੰਮ੍ਰਿਤਸਰ ਵਾਸੀਆਂ ਨੇ ਪਿਛਲੇ ਦੋ ਜਿਹੜੇ ਅਰੁਣ ਜੇਤਲੀ ਔਰ ਹਰਦੀਪ ਪੁਰੀ ਨੂੰ ਨਿਗਲੈਕਟ ਕਰ ਦਿੱਤਾ ਸੀਗਾ, ਉਸ ਤੋਂ ਬਾਅਦ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਅਸੀਂ ਇੱਕ ਅਪਰਚੁਨਿਟੀ ਸੀਗੀ ਜਿਹੜੀ ਦੋ ਟਾਈਮ ਅਸੀਂ ਗੁਆ ਬੈਠੇ ਨੇ, ਪਰ ਹੁਣ ਇੱਕ ਤੀਸਰੀ ਅਪਰਚੁਨਿਟੀ ਹੈ ਕਿਉਂਕਿ ਤਰਨਜੀਤ ਸਿੰਘ ਸੰਧੂ ਅਮੈਰੀਕਾ ਦੇ ਵਿੱਚ ਡਿਪਲੋਮੈਟ ਰਹੇ ਨੇ ਔਰ IAS ਆਫਿਸਰ ਨੇ, ਔਰ ਬਹੁਤ ਬਹੁਤ ਵੱਡਾ ਇਹਨਾਂ ਵੱਲੋਂ ਜਿਹੜਾ ਰਿਲੇਸ਼ਨ ਬਣਾਏ ਨੇ, ਵਪਾਰ ਦੇ ਰਿਲੇਸ਼ਨ ਬਣਾਏ ਨੇ, ਦੂਸਰੇ ਰਿਲੇਸ਼ਨ ਬਣਾਏ ਨੇ ਹਿੰਦੁਸਤਾਨ ਔਰ ਅਮੈਰੀਕਾ ਦੇ ਨਾਲ, ਇਹ ਬੜੀ ਵੱਡੀ ਗੱਲ ਹੈ। ਮਤਲਬ ਲੋਕੀ ਵੀ ਇਸ ਚੀਜ਼ ਨੂੰ ਦੇਖ ਰਹੇ ਨੇ ਕਿ ਇੱਕ IRS ਆਫਿਸਰ ਹੈ, ਰਿਟਾਇਰ ਹੋ ਚੁੱਕੇ ਨੇ ਉਹਨਾਂ, ਉਹ ਆਪਣੇ ਔਰ ਖਾਸ ਕਰਕੇ ਉਹ ਅੰਮ੍ਰਿਤਸਰ ਦੇ ਵਸਨੀਕ ਹੈ ਔਰ ਉਹਨਾਂ ਦਾ ਪਿਛੋਕੜ ਜਿਹੜਾ ਹੈ ਉਸ ਜਿਹੜਾ ਪਿਛੋਕੜ ਹੈ ਉਹ ਉਹਨਾਂ ਦੇ ਦਾਦਾ ਜੀ ਨੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਾਊਂਡਰ ਮੈਂਬਰ ਰਹੇ ਨੇ, ਸੋ ਇਸ ਚੀਜ਼ ਦਾ ਇੰਪੈਕਟ ਜਿਹੜਾ ਹੈ ਉਹ ਦੇਖਣ 'ਚ ਆਏਗਾ। ਤਾਂ ਬਿਲਕੁਲ ਦੇਖਣ 'ਚ ਆਏਗਾ। ਹੁਣ ਇੱਥੋਂ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਉਹ ਉਤਰ ਗਏ ਨੇ ਆਪਣੇ ਕਾਫਲੇ ਤੋਂ, ਤਾਂ ਇੱਥੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਜੈ ਸ਼ੰਕਰ ਜਿਹੜੇ ਨੇ ਦੇਖ ਸਕਦੇ ਹੋ। ਨਾਮਜ਼ਦਗੀ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਜਾ ਰਹੇ ਨੇ, ਆ ਕੇ ਜ਼ਰੂਰ ਉਹ ਗੱਲ ਕਰਨਗੇ। ਤਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਨਾਲ ਦੈਨਿਕ ਸਵੇਰਾ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਜਗ੍ਹਾ ਤੋਂ ਹੁਣ ਇੱਕ ਵਾਰੀ ਕੈਮਰਾ ਪਰਸਨ ਦਿਖਾ ਸਕਦੇ ਨੇ, ਪੈਦਲ ਜਿਹੜੇ ਕਾਰਕੁਨ ਨੇ ਇਸ ਜਗ੍ਹਾ ਤੋਂ ਉਹਨਾਂ ਦਾ ਕਾਫਲਾ ਰੋਕ ਦਿੱਤਾ ਗਿਆ ਹੈ, ਅਤੇ ਉੱਥੋਂ ਹੁਣ ਪੈਦਲ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਉਹ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਦੇ ਲਈ ਇੱਥੋਂ ਜਿਹੜੇ ਨੇ ਉਹ ਜਾ ਰਹੇ ਨੇ। ਇਹ ਸਿੱਧੀਆਂ ਤਸਵੀਰਾਂ ਅੰਮ੍ਰਿਤਸਰ ਦੇ ਕਚਹਿਰੀ ਚੌਂਕ ਦੀਆਂ ਨੇ, ਵੱਡੀ ਸੰਖਿਆ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ, ਜਿੱਥੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਆਪਣੇ ਸਹਿਯੋਗੀ ਆਪਣੇ ਸਾਥੀ ਡਿਪਲੋਮੈਟ ਦੇ ਨਾਲ ਨਾਮਜ਼ਦਗੀ ਫੁੱਲਾਂ ਦੀ ਵਰਖਾ ਇਸ ਪਾਸੋਂ ਵੀ ਤੁਸੀਂ ਦੇਖ ਸਕਦੇ ਹੋ ਜਿਹੜੀ ਹੋ ਰਹੀ ਹੈ। ਤਾਂ ਖੂਬਸੂਰਤ ਨਜ਼ਾਰਾ ਇੱਥੇ ਭਾਜਪਾ ਦੇ ਕਾਰਕੁਨ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਤਰਨਜੀਤ ਸਿੰਘ ਸੰਧੂ ਦੇ ਨਾਲ ਜਿਹੜੇ ਤਰਨਜੀਤ ਸਿੰਘ ਸੰਧੂ ਦਾ ਸਵਾਗਤ ਕਰਦੇ ਹੋਏ, ਤਾਂ ਇੱਥੋਂ ਹੁਣ ਸੰਧੂ ਜਿਹੜੇ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਆਫਿਸ ਚਲੇ ਗਏ ਨੇ। ਕੈਮਰਾ ਪਰਸਨ ਵਿਪਨ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।